ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਆ ਮੋਹਾਲੀ। ਦੋਸਤੋ, ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਔਲਾਦ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ, ਔਰ ਜਿਨ੍ਹਾਂ ਦੇ ਘਰ ਔਲਾਦ ਹੈ ਉਹ ਔਲਾਦ ਦੀ ਕਦਰ ਨਹੀਂ ਕਰਦੇ। 3 ਮਹੀਨੇ ਦੇ ਬੱਚੇ ਦੀ ਗਟਰ ਦੇ ਵਿੱਚੋਂ ਲਾਸ਼ ਮਿਲੀ ਹੈ। 3 ਮਹੀਨੇ ਦੇ ਬੱਚੇ ਦੀ ਕਿੱਥੋਂ ਮਿਲੀ ਹੈ ਔਰ ਕੀ ਹੈ ਪੂਰੀ ਖਬਰ, ਚੱਲਦੇ ਹਾਂ ਜੀ ਮੋਹਾਲੀ। ਮੇਰੇ ਨਾਲ ਜਤਿੰਦਰ ਸੱਭਰਵਾਲ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਸੱਭਰਵਾਲ ਸਾਹਿਬ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਦੇਖੋ ਸੋਤਾ ਸਾਹਿਬ, ਬਿਲਕੁਲ ਸਹੀ ਗੱਲ ਕਹੀ ਆ ਵੀ ਜਿਨ੍ਹਾਂ ਦੇ ਘਰ ਨਹੀਂ ਆ ਉਹ ਔਲਾਦ ਨੂੰ ਤਰਸਦੇ ਆ, ਔਰ ਜਿਨ੍ਹਾਂ ਨੂੰ ਰੱਬ ਲਾਸ਼ ਦਿੰਦਾ ਵਾ ਔਰ ਉਹ ਔਲਾਦ ਦੀ ਕਦਰ ਨਹੀਂ ਕਰਦੇ। ਦੋ ਤਿੰਨ ਮਾਮਲੇ ਹੈ ਸਨ ਜਿਨ੍ਹਾਂ ਨੇ ਹਿਰਦੇ ਵਲੋਂ ਉਲੂਦ ਕੇ ਰੱਖ ਦਿੱਤੇ ਸਨ। ਹੁਣ ਇੱਕ ਤਰ੍ਹਾਂ ਦਾ ਮਾਮਲਾ ਆਇਆ ਵਾ ਸੈਕਟਰ 56 ਦਾ। ਸੋਤਾ ਸਾਹਿਬ, ਸੈਕਟਰ 56 ਫੇਸ 6 ਦੇ ਬਿਲਕੁਲ ਸਾਹਮਣੇ ਸਥਿਤ ਆ, ਮੋਹਾਲੀ ਔਰ ਚੰਡੀਗੜ੍ਹ ਦੇ ਬਿਲਕੁਲ ਵਿਚਕਾਰ, ਮਤਲਬ ਜਿਹੜੀ ਬਾਉਂਡਰੀ ਆ, ਜਿਹੜਾ ਉਹਨਾਂ ਦੀ ਬਾਰਡਰ ਆ ਨਾਲ ਸਥਿਤ ਆ। ਜਦੋਂ ਸਵੇਰੇ ਸੂਚਨਾ ਮਿਲੀ ਕਿ ਇੱਕ ਨਵ ਜੰਮਿਆ ਬੱਚਾ ਵਾ ਉਹ ਗਟਰ ਦੇ ਵਿੱਚ ਤੈਰਦੀ ਹੋਈ ਉਹਦੀ ਲਾਸ਼ ਮਿਲੀ ਆ, ਉਸਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਗਈ ਤੇ ਜਦੋਂ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੱਚਾ ਜਿਸ ਦੀ ਉਮਰ ਆਪਣਾ ਡਾਕਟਰਾਂ ਮੁਤਾਬਕ 2.5 ਤੋਂ 3 ਮਹੀਨੇ ਆ, ਉਸਨੂੰ ਬਾਹਰ ਕੱਢਿਆ ਗਿਆ। ਬੱਚੇ ਦੀ ਡੈਥ ਹੋ ਚੁੱਕੀ ਸੀਗੀ ਔਰ ਬੱਚਾ ਗਟਰ ਦੇ ਗੰਦੇ ਪਾਣੀ ਵਿੱਚ ਤੈਰ ਰਿਹਾ ਸਨ, ਜਿਸ ਨੂੰ ਦੇਖ ਕੇ ਮਨ ਜਿਹੜਾ ਵਾ ਉਹ ਰੋ ਪਿਆ। ਸੋਤੋ ਸਾਹਿਬ, ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਆ ਕਿ ਪਿੱਛੇ ਜੇ ਬੜੈਲ ਵਿੱਚ ਇੱਕ ਕਲਯੁਗੀ ਮਾਂ ਨੇ ਆਪਣੀ 6 ਮਹੀਨੇ ਦੀ ਧੀ ਤੇ 2.5 ਸਾਲਾਂ ਦੇ ਪੁੱਤਰ ਦੀ ਹੱਤਿਆ ਕੀਤੀ ਸੀ। ਉਹ ਮਾਮਲਾ ਕੰਡਾ ਨਹੀਂ ਹੋਇਆ ਸੀਗਾ, ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ। ਹੁਣ ਪੁਲਿਸ ਜਿਹੜੀ ਆ ਉਸਨੇ ਡੈਡ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਵਾ। ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਦਰਸ਼ਕ ਵੀ ਕਿਵੇਂ ਇੱਕ ਛੋਟਾ ਜਿਹਾ ਬੱਚਾ ਗਟਰ ਦੇ ਪਾਣੀ 'ਚ ਤੈਰ ਰਿਹਾ ਵਾ। ਵੀ ਘੱਟੋ ਘੱਟ ਮਾਂ ਪਿਓ ਨੂੰ ਇੱਕ ਇਹ ਜਿਹੜੇ ਵੀ ਇਹ ਕੰਮ ਕਰਦੇ ਨੇ, ਅਸੀਂ ਕੋਈ ਮਾਤਾ ਪਿਤਾ ਦਾ ਤਸਦੀਕ ਨਹੀਂ ਕਰਦੇ ਕਿਉਂਕਿ ਮਾਂ ਹੀ ਜਨਮ ਦਿੰਦੀ ਆ, ਮਾਂ ਹੀ ਜ਼ਿੰਮੇਵਾਰ ਹੁੰਦੀ ਆ। ਬਿਲਕੁਲ। ਵੀ ਘੱਟੋ ਘੱਟ ਜੇ ਤੁਸੀਂ ਔਲਾਦ ਨੂੰ ਨਹੀਂ ਪਾਲ ਸਕਦੇ ਉਸਨੂੰ ਅਨਾਥ ਆਸ਼ਰਮ ਜਾਂ ਮੰਦਰ ਗੁਰਦੁਆਰੇ ਕਿਤੇ ਰੱਖ ਦੋ, ਪਰ ਉਸਦੀ ਜਾਨ ਲੈ ਲੈਣੀ ਕਿਸੇ ਪਾਸੇ ਦੀ ਕੋਈ ਅਧਿਕਾਰ ਨਹੀਂ ਹੈ। ਇੱਕ ਮਨੁੱਖਤਾ ਨੂੰ ਇਹ ਸ਼ਰਮਸ਼ਾਰ ਕਰਨ ਵਾਲਾ ਜਿਹੜਾ ਕਾਰਾ ਵਾ, ਇਸ ਉਹਦੇ ਜਾਨਵਰ ਚੰਗੇ ਨੇ ਜੀ ਸੋਤਾ ਸਾਹਿਬ। ਔਰ ਸੱਭਰਵਾਲ ਸਾਹਿਬ, ਕੀ ਇਸ ਤਰ੍ਹਾਂ ਦੀਆਂ ਹਰਕਤਾਂ ਜ਼ਿਆਦਾ ਕਰਕੇ ਜੋ ਖਬਰਾਂ ਆਉਂਦੀਆਂ ਨੇ ਕਿ ਜਿਨ੍ਹਾਂ ਦੇ ਨਜਾਇਜ਼ ਸੰਬੰਧ ਹੁੰਦੇ ਆ, ਜਦੋਂ ਉਹ ਮਤਲਬ ਆਪਣੇ ਆਪ 'ਚੋਂ ਬਾਹਰੇ ਹੋ ਜਾਂਦੇ ਆ, ਉਹ ਫਿਰ ਇਸ ਤਰ੍ਹਾਂ ਦੀਆਂ ਹਰਕਤਾਂ 'ਤੇ ਉਤਰਦੇ ਨੇ ਔਰ ਬੱਚੇ ਨੂੰ ਜਨਮ ਦਿੰਦੇ ਨੇ, ਪਰ ਉਹ ਸਮਾਜਿਕ ਤੌਰ 'ਤੇ ਉਸ ਬੱਚੇ ਨੂੰ ਪਾਲ ਨਹੀਂ ਸਕਦੇ, ਉਹ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਤੁਸੀਂ ਮੇਰੀ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਮੈਂ ਬਿਲਕੁਲ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਸੋਤਾ ਸਰ ਜੀ। ਇਹ ਪਹਿਲਾ ਕੇਸ ਨਹੀਂ ਹੈਗਾ, ਇਸ ਤਰ੍ਹਾਂ ਦਾ ਇੱਕ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਸੀਗਾ। ਉਹ ਇੱਕ ਬੱਚਾ ਪੂਰਾ 9 ਮਹੀਨੇ ਦਾ ਬੱਚਾ ਸੀਗਾ ਔਰ ਬੱਚਾ ਵੀ ਉਹ ਲੜਕਾ ਸੀਗਾ, ਉਹ ਜਨਮ ਵੀ ਲੈ ਲਿਆ ਹੋਇਆ ਸੀਗਾ ਔਰ ਬੱਚਾ ਬਿਲਕੁਲ ਤੰਦਰੁਸਤ ਸੀਗਾ। ਉਹਦੀ ਮਾਂ ਉਹਨੂੰ ਸੰਨੀ ਇਨਕਲੇਵ ਦੇ ਵਿੱਚ, ਇਹ ਕੁਛ ਸਾਲ ਪੁਰਾਣੀ ਗੱਲ ਆ, ਮੈਂ ਉਸਨੂੰ ਆਪਣਾ ਜਾ ਕੇ ਕਵਰ ਕੀਤਾ ਸੀਗਾ, ਅੱਖਾਂ ਦੇ ਅੱਥਰੂ ਆ ਗਏ ਸੀ, ਉਹਨੂੰ ਧੁੱਪ ਦੇ ਵਿੱਚ ਝਾੜੀਆਂ 'ਚ ਸੁੱਟ ਗਏ ਸੀ, ਬੱਚਾ ਧੁੱਪ ਦੇ ਨਾਲ ਹੀ ਮਤਲਬ ਉਹਦੀ ਗਰਮੀ ਨਾਲ ਹੀ ਡੈਥ ਹੋ ਗਈ ਸੀਗੀ, ਭੁੱਖੇ ਪਿਆਸੇ, ਔਰ ਉਹ ਨਵ ਜੰਮਿਆ ਬੱਚਾ ਸੀਗਾ। ਅੱਜ ਹੁਣ ਗੱਲ ਕਰਦੇ ਹਾਂ ਨੈਕਸਟ, ਉਹਦਾ ਕੀ ਆ ਕਿ ਇੱਕ ਵੀਡੀਓ ਪਿੱਛੇ ਜੇ ਵੀ ਵਾਇਰਲ ਹੋਇਆ ਸੀਗਾ, ਉਹ 'ਚ ਵੀ ਇੱਕ ਮਾਂ ਜਿਹੜੀ ਆ ਉਹ ਮਤਲਬ ਨਾਲ ਉਹਦੀ ਇੱਕ ਮਹਿਲਾ ਆਈ ਹੋਈ ਆ ਜਿਹੜੀ ਕਹਿੰਦੀ ਮੇਰੀ ਭੈਣ ਆ, ਉਹ ਵੀ ਕਿਸੇ ਹਸਪਤਾਲ ਦੇ ਫਲੈਸ਼ਰੀ ਟੈਂਕੀ ਦੇ ਵਿੱਚ ਬੱਚੇ ਨੂੰ ਰੱਖ ਰਹੀ ਆ, ਤੇ ਜਦ ਲੋਕ ਉਸਨੂੰ ਫੜ ਲੈਂਦੇ ਨੇ ਔਰ ਉਹੀ ਗੱਲ ਕਹਿੰਦੀ ਆ ਮੈਨੂੰ ਬੱਚੇ ਦੀ ਲੋੜ ਨਹੀਂ ਸੀਗੀ, ਮੇਰੀ ਭੈਣ ਸਕੂਲ 'ਚ ਪੜ੍ਹਦੀ ਆ। ਕਹਿਣ ਦਾ ਭਾਵ ਆ ਕਿ ਨਜਾਇਜ਼ ਸੰਬੰਧ ਜਿਹੜੇ ਆ ਇਹ ਲੋਕ, ਚਲੋ ਆਪਾਂ ਇਹ
ਇਹ ਨਹੀਂ ਕਹਿੰਦੇ ਕਿ ਕੋਈ ਨਸ਼ੇ ਦੀ ਹਾਲਤ ਜਾਂ ਕੋਈ ਨੌਜਵਾਨ ਜਿਹੜੇ ਆ ਉਹ ਚੜ੍ਹਦੀ ਜਵਾਨੀ ਚ ਬਹਿ ਕੇ ਜਾਂਦੇ ਨੇ, ਉਹ ਜਦੋਂ ਕੋਈ ਉਹਨਾਂ ਨੂੰ ਹੀਲਾ ਨਹੀਂ ਦਿਖਦਾ, ਜਦੋਂ ਬੱਚੇ ਨੂੰ ਬਰਥ ਦੇ ਦਿੰਦੇ ਨੇ, ਫਿਰ ਉਹਨਾਂ ਨੂੰ ਇੱਕ ਆਪਣੇ ਆਪ ਤੇ ਬੋਝ ਲੱਗਣ ਲੱਗ ਪੈਂਦਾ ਵਾ ਵੀ ਆਪਾਂ ਆਪਣੇ ਇਸ ਤਾਰੇ ਨੂੰ ਛੁਪਾਈਏ ਕਿਵੇਂ। ਤਾਂ ਫਿਰ ਉਸ ਤੋਂ ਬਾਅਦ ਇਹ ਸੋਤਾ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਆ, ਇਹ ਫਿਰ ਪਾਪ ਦੇ ਰੂਪ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਨੇ। ਔਰ ਜਿਹੜਾ ਬੱਚੇ ਦੀ ਜਾਨ ਲੈ ਲੈਣੀ, ਉਹ ਵੀ ਮਨੁੱਖ, ਆਪਾਂ ਤੇ ਕਹਿੰਦੇ ਵੀ ਜਾਨਵਰ ਨੂੰ ਵੀ ਨੀ ਸੋਟਾ ਮਾਰਨਾ ਚਾਹੀਦਾ, ਪਰਮਾਤਮਾ ਜਿਹੜਾ ਧਰਮ ਜਿਹੜਾ ਇਹ ਸਾਡਾ, ਪਰ ਇੱਕ ਇੱਕ ਜੀਵਨ ਖਤਮ ਕਰ ਦੇਣਾ ਉਸ ਬੱਚੇ ਦਾ, ਬੱਚਾ ਇੱਕ ਰੱਬ ਦਾ ਰੂਪ ਹੁੰਦਾ, ਕਿੰਨਾ ਸ਼ਰਮਨਾਕ ਕਾਰਾ ਵਾ। ਇਹਦੇ ਲਈ ਸਰਕਾਰਾਂ ਨੂੰ ਚਾਹੀਦਾ ਕਿ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਤਾਂ ਕਿ ਲੋਕ ਇਹੋ ਜਿਹਾ ਕੰਮ ਕਰਨ ਤੋਂ ਡਰਨ, ਥਰ ਥਰ ਕੰਬਣ। ਜੀ ਸੋਤਾ ਸਾਹਿਬ, ਸਬਰਵਾਲ ਸਾਹਿਬ, ਇਸ ਸੰਬੰਧ ਵਿੱਚ ਕਿਸੇ ਪੁਲਿਸ ਆਫੀਸਰ ਦੇ ਨਾਲ ਜਾਂ ਆਲੇ ਦੁਆਲੇ ਕਿਸੇ ਨਾਲ ਸੰਪਰਕ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਕੋਈ? ਸੋਤਾ ਸਾਹਿਬ, ਅਸੀਂ ਜਦੋਂ ਮੌਕੇ ਤੇ ਗਏ ਆ, ਥੋੜੀ ਦੇਰ ਪਹਿਲਾਂ ਦੀ ਘਟਨਾ ਵਾ, 15-20 ਮਿੰਟ ਪਹਿਲਾਂ ਦੀ ਘਟਨਾ ਵਾ, ਅਸੀਂ ਵੀਡੀਓ ਜ਼ਰੂਰ ਬਣਾਈ ਆ, ਬੱਚੇ ਦੀ ਅੰਦਰ ਜਿਹੜਾ ਤਲਾਸ਼ ਪੈ ਰਹੀ ਸੀਗੀ ਉਸਦੀ, ਜਿਹੜੀ ਗਟਰ ਚੋਂ। ਉਸ ਤੋਂ ਬਾਅਦ ਜਦੋਂ ਬੱਚੇ ਨੂੰ ਗਟਰ ਚੋਂ ਬਾਹਰ ਕੱਢਿਆ ਗਿਆ, ਤਾਂ ਕੋਈ ਪੁਲਿਸ ਅਧਿਕਾਰੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਸੀਗਾ। ਉੱਥੇ ਜਿਹੜੇ ਲੋਕ ਦਰਸ਼ਕ ਖੜੇ ਸੀਗੇ, ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਸੀਗਾ। ਕੁੱਝ ਫੋਟੋਗ੍ਰਾਫ ਆਪਾਂ ਕਲਿੱਕ ਵੀ ਕੀਤੀਆਂ, ਪੁਲਿਸ ਉੱਥੇ ਆਪਣਾ ਜਿਹੜੇ ਬਿਆਨ ਵਗੈਰਾ ਜੋ ਦਰਜ ਕਰ ਰਹੀ ਸੀਗੀ, ਜਦੋਂ ਪਹਿਲਾਂ ਜਦੋਂ ਪਹੁੰਚਦੀ ਆ ਫਸਟ ਇਨਫੋਰਮੇਸ਼ਨ ਦੇ, ਉਹ ਜਿਹੜੀ ਬੱਚੇ ਦੀ ਜਿਹੜੀ ਉਹ ਲਾਸ਼ ਹੈਗੀ ਗਟਰ ਚੋਂ ਤੈਰਦੇ ਦੀ, ਉਹਦੇ ਜਿਹੜੇ ਸ਼ੋਟ ਹੈ ਦੇਖ ਕੇ ਮਨ ਜਿਹੜਾ ਵਾ ਉਹ ਫਸੀਜ ਜਾਏਗਾ। ਬਹੁਤ ਬਹੁਤ ਮਿਹਰਬਾਨੀ ਸਬਰਵਾਲ ਸਾਹਿਬ। ਦੋਸਤੋ, ਇਹ ਕਲਜ ਹੋ ਗਿਆ, ਔਰ ਵਾਕਈ ਸਬਰਵਾਲ ਜੀ ਨੇ ਠੀਕ ਕਿਹਾ ਕਿ ਲੋਕ ਕਿਸ ਕਦਰ ਬੱਚਿਆਂ ਨੂੰ ਤਰਸ ਰਹੇ ਨੇ, ਔਰ ਜਿਨ੍ਹਾਂ ਦੇ ਘਰ ਔਲਾਦ ਹੈ ਉਹ ਕਿਸ ਕਦਰ ਇਹਨਾਂ ਨੂੰ ਬੇਕਦਰੀ ਇਹਨਾਂ ਦੀ ਕਰ ਰਹੀ ਹੈ। ਖੈਰ, ਇਹ ਤਾਂ ਬੀਜਿਆ ਹੋਇਆ, ਜੋ ਬੀਜਿਆ ਉਹ ਵੱਢਾਂਗੇ ਵੱਢਾਂਗੇ। ਅੱਜ ਇਹਨਾਂ ਨੇ ਬੱਚਿਆਂ ਨੂੰ ਮਤਲਬ ਜਨਮ ਦੇਣ ਤੋਂ ਬਾਅਦ ਗੰਦੇ ਗਟਰ ਦੇ ਵਿੱਚ ਸੁੱਟ ਦਿੱਤਾ ਹੈ। ਕੀ ਆਪਾਂ ਆਸ ਰੱਖ ਸਕਦੇ ਹਾਂ ਕਿ ਮਾਲਕ ਨਹੀਂ ਦੇਖਦਾ? ਮਾਲਕ ਸਭ ਕੁਝ ਵੇਖਦਾ, ਇਹਨਾਂ ਲੋਕਾਂ ਨੂੰ ਅਜਿਹੀ ਸਜ਼ਾ ਦੇਣਗੇ ਜੋ ਇਹਨਾਂ ਨੂੰ ਇਹ ਬੱਚੇ ਰੋ ਰੋ ਕੇ ਯਾਦ ਆਉਣਗੇ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।